ब्रह्मचारी प्रभु मालिक बैठिएगा, गुरुदेव बैठ जाएंगे, आप थक जाओगे बाबू, अरे कितना टाइम हुआ। ਸ਼ਾਂਤੀ ਨਾਲ ਸਾਡੇ ਇਲਾਕੇ ਦੀਆਂ ਮਾਤਾਵਾਂ ਭੈਣਾਂ ਵੀਰ ਬੈਠ ਕੇ ਜੋ ਇਸ ਝਾਂਕੀਆਂ ਦਾ ਆਨੰਦ ਮਾਣ ਰਹੇ ਨੇ, ਝਾਂਕੀਆਂ ਜਿਹੜੀਆਂ ਕਰਵਾਈਆਂ ਹੋਈਆਂ ਬਹੁਤ ਹੀ ਮਤਲਬ ਮਨਭਾਵਕ ਝਾਂਕੀਆਂ ਨੇ। ਸਵੇਰ ਦੇ ਅਸੀਂ ਬੈਠੇ ਹਾਂ, ਸਾਡਾ ਬਿਲਕੁਲ ਠੰਡਾ, ਇੱਥੋਂ ਮਨ ਨਹੀਂ ਹੈ, ਲੰਗਰ ਦੀ ਪੂਰੀ ਵਧੀਆ ਵਿਵਸਥਾ ਕੀਤੀ ਗਈ ਹੈ, ਜਿਸ ਹਿਸਾਬ ਨਾਲ ਲੰਗਰ 8-10 ਘੰਟੇ ਚੱਲਦਾ ਹੈ, ਤਕਰੀਬਨ 3 ਕੁਇੰਟਲ ਜਿਹੜਾ ਆਟਾ ਹੈ ਉਸਦਾ ਲੰਗਰ ਤਿਆਰ ਹੈ ਅਤੇ 1.5 ਕੁਇੰਟਲ ਭੰਗ ਦਾ ਲੰਗਰ ਤਿਆਰ ਹੈ। ਸਾਰੇ ਛੋਟੇ ਵੀਰਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ, ਜੋ ਇਹਨਾਂ ਦੀ ਬਦੌਲਤ ਇਹਨਾਂ ਦੀ ਮਿਹਨਤ ਸਦਕਾ ਹੋ ਸਕੀ। ਬਿਲਕੁਲ, ਇਹ ਸਾਡਾ ਦੂਸਰੇ ਸਾਲ ਦਾ ਪ੍ਰੋਗਰਾਮ ਹੈ, ਪਹਿਲੇ ਸਾਲ ਬੱਚਿਆਂ ਨੇ ਇਹਨਾਂ ਨੇ ਛੋਟੇ ਵੀਰਾਂ ਨੇ ਸ਼ੁਰੂਆਤ ਕੀਤੀ ਸੀ, ਗਾਹ ਜਿਸ ਤਰ੍ਹਾਂ ਅਗਲੇ ਸਾਲ ਅਸੀਂ ਵੱਧਦੇ ਜਾਵਾਂਗੇ, ਸਾਡੀ ਟੀਮ ਵਰਕ ਸਾਡੇ ਸਹਿਯੋਗ ਨਾਲ ਇਹ ਕੰਮ ਵੱਧਦਾ ਚਲੇ ਜਾਏਗਾ, ਉਸ ਤੋਂ ਵਧੀਆ ਪ੍ਰੋਗਰਾਮ ਅਸੀਂ ਕਰਾਂਗੇ। ਸ਼ੰਕਰ ਭਗਵਾਨ ਕੀ ਬੋਲਬਮ ਬੋਲਬਮ, ਇਹ 2-3-4 2-3-4 ਬੋਲਬਮ। ਗੁਜ਼ਾਰਿਸ਼ ਕਰੂੰਗਾ ਕਿ ਦੇਸ਼ ਇਸ ਹਮਾਰੇ ਮਤ ਜਮਾ ਕੇ ਲਿਏ ਸੱਚੇ ਸਾਥੀ ਦੋਸ਼ੋ ਕਹੇਗੇ ਹਰ ਮਤ ਜਮਾ। ਅੱਜ ਦੇ ਸਮਾਗਮ ਜੋ ਸ਼ਿਵਰਾਤਰੀ ਦੇ ਮੌਕੇ ਤੇ ਸ਼੍ਰੀ ਸੰਦੀਪ ਸ਼ੁਕਲਾ ਔਰ ਇਹਨਾਂ ਦੀ ਟੀਮ ਨੇ ਜੋ ਪਿਛਲੇ ਲੰਬੇ ਸਮੇਂ ਤੋਂ ਬਹੁਤ ਵਧੀਆ ਇਹ ਧਾਰਮਿਕ ਸਮਾਗਮ ਕਰਦੇ ਆ ਰਹੇ ਆ, ਔਰ ਅੱਜ ਦਿਸ ਰਿਹਾ ਲੋਕਾਂ ਦਾ ਪਿਆਰ, ਇਸ ਪਿਆਰ ਔਰ ਵਿਸ਼ਵਾਸ ਇਸ ਟੀਮ 'ਤੇ ਜਿਹੜੇ ਅੱਛੇ ਕੰਮ ਸਮਾਜ ਵਾਸਤੇ ਇਹ ਕਰ ਰਹੇ ਆ, ਮੈਂ ਇਹ ਵਧਾਈ ਦੇ ਪਾਤਰ ਹਾਂ ਅਤੇ ਅਸੀਂ ਉਮੀਦ ਕਰਦੇ ਹਾਂ ਇਹਨਾਂ ਤੋਂ ਕਿ ਇਸੇ ਤਰ੍ਹਾਂ ਇਹ ਆਪਦੇ ਇਲਾਕਾ ਵਾਸੀਆਂ ਦੀ ਸੇਵਾ ਕਰਦੇ ਰਹਿਣਗੇ। ਥੈਂਕ ਯੂ। ਹੋ ਸ਼ੰਕਰ ਭਗਵਾਨ ਕੀ ਸ਼ਿਵਰਾਤਰੀ ਦੇ ਮੌਕੇ ਤੇ ਹਰ ਜਗ੍ਹਾ ਸਮਾਗਮ ਤੇ ਪ੍ਰੋਗਰਾਮ ਕਰਵਾਏ ਜਾ ਰਹੇ ਆ। ਸੁੰਦਰ ਨਗਰ ਮਹੱਲਾ ਜੋ ਗਾਬੇ ਪੁਲਿਸ ਸਟੇਸ਼ਨ ਦੇ ਅਧੀਨ ਆਉਂਦਾ, ਇੱਥੇ ਵੀ ਪਿਛਲੇ ਲੰਬੇ ਸਮੇਂ ਤੋਂ ਇਹ ਸਮਾਗਮ, ਮੈਂ 2-3 ਸਮਾਗਮ ਪਹਿਲਾਂ ਵੀ ਦੇਖ ਚੁੱਕਿਆ, ਬਹੁਤ ਭਾਰੀ ਰਸ਼ ਹੁੰਦਾ ਇੱਥੇ ਅਤੇ ਇਹ ਇਸ ਜਗ੍ਹਾ 'ਤੇ ਪੁਲਿਸ ਨੂੰ ਮਤਲਬ ਕੋਈ ਪ੍ਰੋਬਲਮ ਇਸ ਕਰਕੇ ਨਹੀਂ ਆਉਂਦੀ ਕਿਉਂਕਿ ਇੱਥੋਂ ਜਿਹੜੀ ਔਰਗੇਨਾਈਜ਼ ਕਮੇਟੀ ਹੈ ਸੰਦੀਪ ਸ਼ੁਕਲਾ ਜੀ ਆ, ਉਹਨਾਂ ਦੇ ਸਾਥੀ ਆ ਜਿਹੜੇ ਇਹਨੂੰ ਔਰਗੇਨਾਈਜ਼ ਕਰਦੇ ਆ,
ਔਰ ਬੜੇ ਵਧੀਆ ਤਰੀਕੇ ਉਹਨਾਂ ਦਾ ਪ੍ਰਬੰਧ ਹੁੰਦਾ। ਇੰਨੀ ਗੈਦਰਿੰਗ ਪਬਲਿਕ ਨੂੰ ਸੰਭਾਲਣ ਵਾਸਤੇ ਆਮ ਤੌਰ 'ਤੇ ਕਾਫੀ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ, ਪਰ ਸਾਨੂੰ 2-3 ਵਾਰ ਇਹ ਸਮਾਗਮ ਦੇਖ ਲਿਆ, ਕਦੇ ਕੋਈ ਐਸੀ ਪ੍ਰੋਬਲਮ ਨਹੀਂ ਆਈ। ਮੈਂ ਇਹਨਾਂ ਸਾਰੀ ਕਮੇਟੀ ਨੂੰ ਵਧਾਈ ਦਿੰਦਾ ਔਰ ਸ਼ਿਵਰਾਤਰੀ ਦੇ ਮੌਕੇ 'ਤੇ ਸਾਰਿਆਂ ਨੂੰ ਇਹਨਾਂ ਨੂੰ ਵਧਾਈ ਦਿੰਦਾ। ਹਾਂਜੀ ਸਰ, ਤੁਸੀਂ ਦੱਸ ਸਕਦੇ ਹੋ ਕਿੰਨਾ ਕੁ ਰਸ਼ ਸੀਗਾ ਸਵੇਰ ਤੋਂ ਲੈ ਕੇ ਅੱਜ ਮੰਦਰ ਦੇ ਵਿੱਚ? ਕਮ ਸੇ ਕਮ 3000 ਤੋਂ ਪਲੱਸ ਸੀਗਾ ਹੁਣੇ ਤੱਕ। ਅਤੇ ਉਹਨਾਂ ਨੇ ਪੰਡਿਤ ਜੀ ਨੇ ਮਿਹਨਤ ਵੀ ਬਹੁਤ ਕੀਤੀ, 5-6 ਦਿਨਾਂ ਤੋਂ ਮੈਂ ਦੇਖ ਰਿਹਾ ਬਹੁਤ ਅਨੰਦ ਪਾਤਸ਼ਾਹ ਦੇ।